ਸੱਤ ਸ੍ਰੀ ਅਕਾਲ ਮੈਂ ਦਰਸ਼ਨ ਸਿੰਘ ਬਲੇਹਾਰ ਜਾਵਾ ਤੀਸਰੀ ਜਮਾਤ ਦਾ ਵਿਦਿਆਰਥੀ ਆਪ ਜੀ ਦੇ ਸਾਹਮਣੇ ਪੰਜਾਬੀ ਮਾਂ ਬੋਲੀ ਉੱਤੇ ਇੱਕ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ ਆਪ ਜੀ ਪਿਆਰ ਨਾਲ ਸੁਣੋ ਉੱਚੀ ਰਮਜ ਫਕੀਰਾਂ ਦੀ ਇਹ ਬੋਲੀ ਗੁਰੂਆਂ ਪੀਰਾਂ ਦੀ ਇਹ ਪੰਜ ਦਰਿਆ ਦੀ ਰਾਣੀ ਹੈ ਇਹ ਮੂਹ ਬੋਲੀ ਸਾਡੇ ਅਮੀਰ ਵਿਰਸੇ ਦੀ ਕਹਾਣੀ ਹੈ ਅੱਜ ਕਿੱਥੇ ਖੁੰਦਾ ਜਾ ਰਿਹਾ ਇਹਦਾ ਰਤਬਾ ਹੌਲੀ ਹੌਲੀ ਘਾਤੋਂ ਸੜਕਾਂ ਦੇ ਸਭ ਤੋਂ ਹੇਠਾਂ ਲਿਖੀ ਦਿਸਦੀ ਹੈ ਸਾਡੀ ਮਾਂ ਬੋਲੀ ਅਸੀਂ ਭੁੱਲ ਗਏ ਮਾਂ ਬੋਲੀ ਸਾਡੀ ਸੋਚ ਤੇ ਵੀ ਸੀ ਛਾ ਗਈ ਸਾਡੇ ਦਿਲ ਵਿੱਚ ਵਸਦੀ ਮਾਂ ਬੋਲੀ ਨੂੰ ਇਹ ਜ਼ਹਿਰ ਬਣ ਕੇ ਖਾ ਗਈ ਇਹ ਜਿੰਦ ਨੇ ਜੋ ਮੁੱਕ ਜਾਣਾ ਬਿਨ ਸਾਹਾਂ ਦੇ ਉਹ ਬਿਨ ਪੰਜਾਬੀ ਕਿਦਾਂ ਸਮਝ ਲਵਾਂਗੇ ਜਜ਼ਬਾਤ ਵਾਰਿਸ ਬੁੱਲੇ ਸ਼ਾਹਾਂ ਦੇ ਓਏ ਆਉਂਦੀ ਨਹੀਂ ਇਹਨੂੰ ਅੰਗਰੇਜ਼ੀ ਕੋਈ ਇਹ ਨਾ ਕਹਿ ਜਾਵੇ ਅਸੀਂ ਇਸੇ ਗੱਲੋਂ ਡਰਦੇ ਹਾਂ ਅੱਜ ਸਾਜੀ ਸੋਚ ਇਨੀ ਗਿਰ ਚੁੱਕੀ ਆ ਅਸੀਂ ਆਪਣੀ ਮਾਂ ਨੂੰ ਮੈਂ ਕਹਿਣ ਵਿੱਚ ਸ਼ਰਮ ਮਹਿਸੂਸ ਕਰਦੇ ਹਾਂ ਸਾਡੀ ਮਾਂ ਬੋਲੀ ਬੋਲਣ ਵਿੱਚ ਸ਼ਰਮ ਮਹਿਸੂਸ ਕਰਦੇ ਹਾਂ ਉਹ ਉਹ ਜਿਤਾ ਅਸੀਂ ਮਾਂ ਕਹਿੰਦੇ ਹਾਂ ਫਿਰ ਕਿੱਥੇ ਹੈ ਖਰਾਬੀ ਜੇ ਪੁੱਲਗੇ ਮਾਂ ਬੋਲੀ ਸਾਨੂੰ ਕੌਣ ਕਹੂ ਪੰਜਾਬੀ ਮੇਰੀ ਮਾਂ ਬੋਲੀ ਮੇਰੀ ਜਾਨ ਹੈ ਮੇਰੀ ਪਹਿਚਾਨ ਹੈ ਮੈਂ ਆਪਣਾ ਵਜੂਦ ਕਦੇ ਨਹੀਂ ਪੁੱਲ ਸਕਦਾ ਮੈਨੂੰ ਪੰਜਾਬੀ ਹੋਣ ਤੇ ਮਾਣ ਹੈ ਉਹ ਇੱਕ ਗੱਲ ਯਾਦ ਰੱਖੀ ਲੱਖ ਮਹਿੰਗੇ ਕੱਦਿਆਂ ਤੇ ਸੋਹ ਜਿਓ ਪਰ ਜਿਹੜਾ ਅਸਲੀ ਸਕੂਨ ਹੈ ਉਹ ਮਾਂ ਦੀ ਗੋਦੀ ਵਿੱਚ ਹੀ ਆਉਂਦਾ ਧੰਨਵਾਦ ਸਤਿ ਸ੍ਰੀ ਅਕਾਲ